ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਸੁਣਾਓ, ਤੁਸੀਂ ਸਾਰੇ ਠੀਕ ਠਾਕ ਹੋ? ਸੋ ਅੱਜ ਚੱਲੇ ਸੀ ਆਪਾਂ ਮੂਵੀ ਦੇਖਣ, ਅਤੇ ਮੂਵੀ ਦਾ ਪਲਾਨ ਵੀ ਸਾਡਾ ਅਚਾਨਕ ਹੀ ਬਣ ਗਿਆ। ਅਤੇ ਸਵਰੀਨ ਨੂੰ ਆਪਾਂ ਕਰ ਲਿਆ ਸੀ ਸਕੂਲੋਂ ਪਿੱਕ, ਅਤੇ ਇਹ ਸਾਡਾ ਪਹਿਲਾ ਮਿੰਨੀ ਵਲੋਗ ਆ। ਹੋਪਸੋ ਤੁਹਾਨੂੰ ਸਾਰਿਆਂ ਨੂੰ ਵਧੀਆ ਹੀ ਲੱਗੇਗਾ। ਅਤੇ ਇੱਥੇ ਆਪਣਾ 11:30 ਵਜੇ ਦਾ ਸ਼ੋਅ ਸੀ, ਅਤੇ ਆਪਾਂ ਬਿਲਕੁਲ ਸਹੀ ਟਾਈਮ 'ਤੇ ਆਪਣੇ ਸ਼ੋਅ 'ਤੇ ਸਿਲਵਰ ਬਰਡ ਪਹੁੰਚ ਚੁੱਕੇ ਸੀ। ਅਤੇ ਮੂਵੀਜ਼ ਤੁਹਾਨੂੰ ਦਿਖਾ ਦਿੰਦੇ ਹਾਂ, ਬੀਬੀ ਰਜਨੀ, ਸੁੱਚਾ ਸੁਰਮਾ ਅਤੇ ਅਰਦਾਸ ਜਿਵੇਂ ਕਿ ਲੱਗੀਆਂ ਹੋਈਆਂ। ਅਤੇ ਬਟ ਆਪਾਂ ਤਾਂ ਅਰਦਾਸ ਵੇਖਣੀ ਸੀ। ਸੁੱਚਾ ਸੁਰਮਾ ਤਾਂ ਅੱਜ ਹੀ ਰਿਲੀਜ਼ ਹੋਈ ਸੀ, ਜਿਹਦੇ ਕਰਕੇ ਵੀ ਸਿਨੇਮਾ ਹਾਲ 'ਚ ਤਾਂ ਬਹੁਤ ਜ਼ਿਆਦਾ ਰਸ਼ ਹੋਇਆ ਪਿਆ ਸੀ। ਹਾਂਜੀ, ਇਹਦੇ 'ਤੇ ਆਪਾਂ ਪਹੁੰਚ ਚੁੱਕੇ ਸੀ ਆਡੀ ਦੇ ਵਿੱਚ, ਅਤੇ ਆਲਮੋਸਟ ਸੀਟਾਂ ਸਾਰੀਆਂ ਹੀ ਫੁੱਲ ਸੀ। ਅਤੇ ਆ ਸਵਰੀਨ ਫਸਟ ਟਾਈਮ ਮੂਵੀ ਵੇਖਣ ਆਈ ਆ ਸਾਡੇ ਨਾਲ, ਇਹਨੂੰ ਬੜਾ ਚਾਅ ਸੀ ਮੂਵੀ ਵੇਖਣ ਦਾ। ਹਾਂਜੀ, ਅਤੇ ਇੱਥੇ ਲਾਈਟਾਂ ਔਫ ਹੋਈਆਂ, ਅਤੇ ਸਵਰੀਨ ਨੂੰ ਮੈਨੂੰ ਲੱਗਦਾ 5 ਮਿੰਟ ਵੀ ਨਹੀਂ ਲੱਗੇ ਅਤੇ ਸਵਰੀਨ ਸੌਂ ਵੀ ਗਈ। ਬਾਕੀ ਇਹਨੇ ਸਾਰੀ ਮੂਵੀ ਸੌਂ ਕੇ ਦੇਖੀ। ਅਤੇ ਇੰਟਰਵਲ 'ਚ ਖਾਧੇ ਆਪਾਂ ਪੌਪਕੋਰਨ। ਅਤੇ ਹਾਂਜੀ, ਇੱਥੇ ਸੀ ਮੂਵੀ ਦਾ ਐਂਡ। ਅਤੇ ਮੂਵੀ ਬਹੁਤ ਜ਼ਿਆਦਾ ਸੋਹਣੀ ਆ, ਸੋ ਤੁਸੀਂ ਸਾਰੇ ਜਣੇ ਆਪਣੀ ਫੈਮਿਲੀ ਨਾਲ ਮੂਵੀ ਦੇਖਣ ਜ਼ਰੂਰ ਜਾਇਓ। ਹਾਂਜੀ, ਮੂਵੀ ਦੇਖਣ ਤੋਂ ਬਾਅਦ ਅਸੀਂ ਗਏ ਸੀ ਗੁਰਦੁਆਰਾ ਜਾਮਨੀ ਸਾਹਿਬ, ਅਤੇ ਇੱਥੇ ਅਸੀਂ ਮੱਥਾ ਟੇਕ ਕੇ ਥੋੜ੍ਹਾ ਟਾਈਮ ਬੈਠ ਕੇ ਅਤੇ ਫਿਰ ਅਸੀਂ ਆਪਣੀ ਘਰ ਵਾਪਸੀ ਕਰ ਦਿੱਤੀ। ਹੋਪ ਸੋ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਹੋਏਗਾ। ਮਿਲਦੇ ਹਾਂ ਆਪਾਂ ਨੈਕਸਟ ਵਲੌਗ ਦੇ ਵਿੱਚ।